यूक्रेन तो वापस परते उत्थों दे सुमी शहर दे रहन वाले विशाल शर्मा ने दस्या कि सुमी शहर पोलैंड दे बॉर्डर तो काफ़ी दूर पैंदा सी, इसलिए भारतीय अंबैसी वालों उन्होंने उत्थों कढ़न विच देरी हो गई। पर फिर भी अंबैसी ने बहुत वधिया काम किया। जंग दे दौरान यूक्रेन विच रहिंदियां अपनियां हड्डबीतियां सांझी करदियां उन्होंने दस्या कि इस दौरान बाहर किते भांडा भी डिगदा सी जां फिर जोर नाल दरवाज़ा वजदा सी तां उह सारे विद्यार्थी सैम के बंकरां वल नूं भजदे सी कि किते बंब ते नहीं डिग पिया। उत्थे ही उसने दस्या कि उन्होंने एक दिन रिपीट उत्थे ही उसने दस्या कि उन्होंने एक एक दिन एक दूजे की मदद करदिया अते एक दूजे नूं हौसला दिंदिया गुजारिया। गुरदासपुर तों रोहित गुप्ता जी, रिपोर्ट लाइव भारत। बहुत माड़े माहौल सीगे उत्थे, जिथों कोई भी बच्चा इहो जिही उम्मीद नहीं करता, जिथों दी जिन्ने भी बच्चे उत्थे यूक्रेन दे विच फसे सीगे कि कदी इहो जिहा दिन भी वेखना पऊगा। बहुत वधिया लगन दिया वा, हर इंसान जदों अपने परिवार च हुंदा खुश हुंदा वा, उही खुशी आ, उही सब कुछ आ। ਜਦੋਂ ਕਿਤੇ ਵੀ ਬੰਬਾਰੀ ਦੀ ਤਾਂ ਗੱਲ ਛੱਡੋ, ਤੁਸੀਂ ਕਿਤੇ ਵੀ ਕੋਈ ਭਾਂਡਾ ਕਿਤੇ ਕੋਈ ਦਰਵਾਜ਼ਾ ਜ਼ੋਰ ਦੀ ਬੰਦ ਹੋ ਜਾਂਦਾ ਸੀਗਾ, ਸਾਰੇ ਬੱਚੇ ਘਬਰਾ ਜਾਂਦੇ ਸੀਗੇ ਇੱਕਦਮ, ਸਾਰੇ ਬੰਕਰਾਂ ਵੱਲ ਭੱਜਣ ਲੱਗ ਪੈਂਦੇ ਸੀਗੇ ਕਿ ਕਿਤੇ ਕਿਤੇ ਕੁਛ ਸਾਡੇ ਲਾਗੇ ਹੀ ਹੋ ਗਿਆ ਵਾ। ਗੁਜ਼ਾਰਾ ਉੱਥੇ ਇੱਕ ਦੂਜੇ ਦੀ ਮਦਦ ਕਰਕੇ, ਇੱਕ ਦੂਜੇ ਨੂੰ ਹਿੰਮਤ ਦੇ ਕੇ, ਇੱਕ ਦੂਜੇ ਦੇ ਕੰਮ ਵੰਡਾ ਕੇ, ਇੱਕ ਦੂਜੇ ਦਾ ਸਹਿਯੋਗ ਸੀਗਾ, ਇੱਕ ਦੂਜੇ ਦੀ ਹਿੰਮਤ ਸੀਗੀ ਅਸੀਂ ਸਾਰੇ। ਇੰਡੀਅਨ ਅੰਬੈਸੀ ਦਾ ਬਹੁਤ ਵੱਡਾ ਰੋਲ ਸੀਗਾ, ਉਹਨਾਂ ਨੇ ਪੂਰੀ ਆਪਣੀ ਕੋਸ਼ਿਸ਼ ਕੀਤੀ, ਆਪਣੇ ਪੂਰੇ ਯਤਨ ਕੀਤੇ ਸਾਨੂੰ ਹਰ ਇੰਡੀਅਨ ਸਟੂਡੈਂਟ ਨੂੰ ਉੱਥੋਂ ਕੱਢਣ ਦੇ, ਪਰ ਬਸ ਥੋੜ੍ਹਾ ਸਾਡੇ ਸ਼ਹਿਰ ਵੱਲ ਉਹਨਾਂ ਦਾ ਧਿਆਨ ਬਾਅਦ 'ਚ ਆਇਆ। ਰੀਨਾ ਸ਼ਰਮਾ, ਕਿੱਦਾਂ ਲੱਗਣ ਦਿਆ ਤੁਹਾਡਾ ਬੇਟਾ ਤੁਹਾਡੇ ਕੋਲ ਆ ਗਿਆ? ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਬੇਟਾ ਸਕੂਸ਼ਲ ਵਾਪਸ ਆ ਗਿਆ। ਮੈਂ ਸਭ ਦਾ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਬਹੁਤ ਸਾਡੇ ਬੱਚਿਆਂ ਨੂੰ ਲਿਆਉਣ ਵਿੱਚ ਬਹੁਤ ਮਦਦ ਕੀਤੀ ਹੈ। ਬਹੁਤ ਹੀ ਖੁਸ਼ੀ ਹੋਈ ਹੈ, ਮੈਂ ਬਿਆਨ ਹੀ ਨਹੀਂ ਕਰ ਸਕਦਾ। ਦਿਲ ਦੀਆਂ ਗਹਿਰਾਈਆਂ ਮੈਂ ਗੌਰਮੈਂਟ ਦਾ, ਇੰਡੀਆ ਗੌਰਮੈਂਟ ਦਾ ਧੰਨਵਾਦ। ਕੀ ਲੱਗਦਾ ਕਿੱਦਾਂ ਦਾ ਮਾਹੌਲ ਹੈ ਉੱਥੇ, ਕੀ ਦੱਸਿਆ ਬੇਟੇ ਨੇ ਆਣ ਕੇ ਤੁਹਾਨੂੰ ਉੱਧਰ? ਉਹ ਤਾਂ ਅਸੀਂ ਵੀ ਟੀਵੀ 'ਚ ਵੇਖ ਰਹੇ ਹਾਂ, ਬਹੁਤ ਹੀ ਮਾੜਾ ਅਸ਼ਰ ਹੋ ਰਿਹਾ ਯੂਕਰੇਨ ਦਾ, ਬਹੁਤ ਹੀ ਦਰਦਨਾਕ ਜੀਦਾ, ਮਤਲਬ ਬੰਬ ਉੱਥੇ ਫਟ ਰਹੇ ਸੀ, ਇੰਜ ਮਹਿਸੂਸ ਹੁੰਦਾ ਕਿ ਸਾਡੇ ਉੱਪਰ ਡਿੱਗ ਰਹੇ ਆ। ਪਰਮਾਤਮਾ ਗੜੀ ਅਰਦਾਸ ਕਰਦੇ ਵੀ ਕਦੋਂ ਖਤਮ ਹੋਵੇ, ਸਾਡੇ ਬੱਚੇ ਕਦੋਂ ਘਰ ਆਉਣਗੇ। ਧੰਨਵਾਦ ਜੀ ਮੋਦੀ ਸਾਹਿਬ ਦੇ, ਜਿਨ੍ਹਾਂ ਨੇ ਬੱਚਿਆਂ ਨੂੰ ਘਰ ਪਹੁੰਚਾਇਆ, ਸਾਰੇ ਬੱਚਿਆਂ ਨੂੰ, ਇੰਡੀਆ ਦੇ ਜਿੰਨੇ ਵੀ ਬੱਚੇ ਆ ਉਹਨਾਂ ਦੇ ਮਾਂ ਪਿਓ, ਮੋਦੀ ਸਾਹਿਬ ਦਾ ਧੰਨਵਾਦ ਕਰਦੇ ਅਸੀਂ ਦਿਲੋਂ ਉਹਨਾਂ ਦਾ ਧੰਨਵਾਦ।